ਉਹਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਿਆਂ ਹੋਇਆਂ ਕਿਹਾ ਕਿ ਸੱਚਾਈ ਅਤੇ ਨਿਆਂ ਦੀ ਜਿੱਤ ਹੋਈ ਹੈ। ਉਹਨਾਂ ਨੇ ਕੌਮਾਂਤਰੀ ਅਦਾਲਤ ਨੂੰ ਤੱਥਾਂ ਦੇ ਗਹਿਰੇ ਅਧਿਐਨ ਤੇ ਅਧਾਰਤ ਫੈਸਲੇ ਲਈ ਵਧਾਈ ਵੀ ਦਿੱਤੀ। ਜਦਕਿ ਦੂਜੇ ਪਾਸੇ ਕੌਮਾਂਤਰੀ ਅਦਾਲਤ ਦੇ ਫੈਸਲੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਕਿਹਾ ਕਿ ਪਾਕਿਸਤਾਨ ਕਾਨੂੰਨ ਦੇ ਹਿਸਾਬ ਨਾਲ ਹੀ ਆਪਣਾ ਕੰਮ ਕਰੇਗਾ। ਇਮਰਾਨ ਖਾਨ ਨੇ ਟਵੀਟ ਕਰਦਿਆਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਦਾਲਤ ਨੇ ਕਮਾਂਡਰ ਕੁਲਭੂਸ਼ਣ ਯਾਦਵ ਨੂੰ ਬਰੀ ਕਰਨ, ਰਿਹਾ ਕਰਨ ਅਤੇ ਭਾਰਤ ਨੂੰ ਸੌਂਪਣ ਦਾ ਫੈਸਲਾ ਨਹੀਂ ਸੁਣਾਇਆ। ਇਸ ਮਾਮਲੇ ਸੰਬੰਧੀ ਕੇਂਦਰੀ ਯੂਨੀਅਨ ਮੰਤਰੀ ਵੀ ਕੇ ਸਿੰਘ ਨੇ ਕੀ ਕੁਛ ਕਿਹਾ, ਆਓ ਜਾਣ ਲੈਂਦੇ ਹਾਂ। ਦੀ ਜਜਮੈਂਟ ਇਜ਼ ਵੈਰੀ ਪੋਜ਼ਿਟਿਵ ਵੇਅਰ ਵੀ ਆਰ ਕੰਸਰਨ ਦੇ ਹੈਵ ਟੋਲਡ ਪਾਕਿਸਤਾਨ ਦੇ ਮਸਟ ਪ੍ਰੋਵਾਈਡ ਕਾਉਂਸਲਰ ਐਕਸੈਸ। ਪਾਕਿਸਤਾਨ ਹੈਡ ਓਬਜੈਕਟਿਡ ਔਨ ਮੈਨੀ ਪੁਆਇੰਟਸ ਇਨਕਲੂਡਿੰਗ ਐਪਲੀਕੇਬਿਲਿਟੀ ਆਫ ਦ ਵੇਨਾ ਕਨਵੈਨਸ਼ਨ ਇਨ ਦਿਸ ਰਿਗਾਰਡ ਵਿਚ ਇਜ਼ ਬਿਨ ਥਰੋਨ ਆਊਟ ਬਾਏ ਦ ਆਈ ਸੀ ਜੇ ਐਂਡ ਵਿਦ ਅ ਜਜਮੈਂਟ ਆਫ 15-1 ਦੇ ਹੈਵ ਸਪੋਰਟਡ ਵਾਟ ਵੀ ਹੈਵ ਸੈਡ ਐਂਡ ਹੋਪਫੁਲੀ ਪਾਕਿਸਤਾਨ ਵਿਲ ਰਿਅਲਾਈਜ਼ ਦ ਮਿਸਟੇਕ ਦੈਟ ਦੇ ਹੈਵ ਮੇਡ ਐਂਡ ਵਿਲ ਟੇਕ ਐਕਸ਼ਨ ਟੂ ਇਨਸ਼ੋਰ ਦੈਟ ਕੁਲਭੂਸ਼ਣ ਗੈਟਸ ਜਸਟਿਸ ਐਂਡ ਇਜ਼ ਰਿਟਰਨ ਬੈਕ ਟੂ। ਭਾਰਤੀ ਨਾਗਰਿਕ ਕੁਲਭੂਸ਼ਣ ਯਾਦਵ ਦੀ ਸੁਣਵਾਈ ਕਰ ਰਹੀ ਕੌਮਾਂਤਰੀ ਅਦਾਲਤ ਨੇ ਸੁਣਵਾਈ ਦੇ ਦੌਰਾਨ ਕਈ ਗੱਲਾਂ ਤੇ ਭਾਰਤ ਦਾ ਪੱਖ ਪੂਰਿਆ। ਇਸ ਦੌਰਾਨ ਕੌਮਾਂਤਰੀ ਅਦਾਲਤ ਨੇ ਯਾਦਵ ਦੀ ਫਾਂਸੀ ਤੇ ਵੀ ਰੋਕ ਲਗਾ ਦਿੱਤੀ ਹੈ। ਗੌਰਤਲਬ ਹੈ ਕਿ ਨੀਦਰਲੈਂਡਸ ਦੇ ਹੇਗ ਦੇ ਪੀਸ ਪੈਲੇਸ ਵਿੱਚ ਇਸ ਮਾਮਲੇ ਦੀ ਜਨਤਕ ਤੌਰ ਤੇ ਸੁਣਵਾਈ ਹੋਈ, ਜਿਸ ਵਿੱਚ ਚੀਫ਼ ਜਸਟਿਸ ਨੇ ਆਪਣਾ ਫੈਸਲਾ ਪੜ੍ਹ ਕੇ ਸੁਣਾਇਆ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਆਪਣੇ ਫੈਸਲੇ ਨੂੰ ਮੁੜ ਵਿਚਾਰਿਆ ਅਤੇ ਯਾਦਵ ਨੂੰ ਕਾਨੂੰਨੀ ਮਦਦ ਯਾਨੀ ਕਿ ਉਹਨਾਂ ਨੂੰ ਆਪਣੀ ਗੱਲ ਰੱਖਣ ਲਈ ਵਕੀਲ ਮੁਹੱਈਆ ਕਰਵਾਏ ਜਾਣ। ਕੌਮਾਂਤਰੀ ਅਦਾਲਤ ਵਿੱਚ ਇਸ ਮਾਮਲੇ ਵਿੱਚ ਮੌਜੂਦ 16 ਜੱਜਾਂ ਵਿੱਚੋਂ 15 ਜੱਜਾਂ ਨੇ ਫੈਸਲਾ ਭਾਰਤ ਦੇ ਪੱਖ ਵਿੱਚ ਦਿੱਤਾ। ਇਸ ਦੌਰਾਨ ਕੌਮਾਂਤਰੀ ਅਦਾਲਤ ਦੇ ਚੀਫ਼ ਜਸਟਿਸ ਨੇ ਫੈਸਲਾ ਪੜ੍ਹਦਿਆਂ ਮੰਨਿਆ ਕਿ ਪਾਕਿਸਤਾਨ ਨੇ ਭਾਰਤ ਦੀ ਅਪੀਲ ਨਹੀਂ ਸੁਣੀ ਅਤੇ ਯਾਦਵ ਨੂੰ ਉਸਦੇ ਬਣਦੇ ਹੱਕ ਵੀ ਨਹੀਂ ਦਿੱਤੇ ਗਏ। ਇਸ ਮਾਮਲੇ ਬਾਬਤ ਭਾਰਤ ਦੇ ਸਾਬਕਾ ਜਨਰਲ ਅਟਾਰਨੀ ਮੁਕਲ ਰੋਹਤਗੀ ਦਾ ਕੀ ਕਹਿਣਾ, ਆਓ ਜਾਣ ਲੈਂਦੇ ਹਾਂ। ਦੇਰ ਵਾਜ਼ ਨੋ ਲੀਗਲ ਅਸਿਸਟੈਂਸ, ਦੇਰ ਵਾਜ਼ ਨੋ ਕੌਂਸੂਲਰ ਐਕਸੈਸ, ਇਟ ਵਾਜ਼ ਅ ਟ੍ਰਾਇਲ ਇਨ ਆਈਸੋਲੇਸ਼ਨ। ਦ ਵਰਲਡ ਹੈਜ਼ ਸੀਨ ਬਿਕੋਜ਼ ਦ ਵਰਲਡ ਕੋਰਟ ਹੈਜ਼ ਜੱਜਿਸ ਫਰੋਮ ਡਿਫਰੈਂਟ ਪਾਰਟਸ ਆਫ ਦ ਵਰਲਡ including the judge from China. They have seen that it was all a charade. Pakistan is not a civilized nation. The entire world has seen that its army was a rogue army. This is no decision. This is no verdict. And the world court has said that Pakistan must review. It is a dignified way of saying that they must recall that judgment and send Jadhav back to India. I think it's a full victory for India. And thank you. Moreover, what will be expected, sir, from Pakistan? As we know that Pakistan will support. I think Pakistan should realize that all its charade has been removed. The position is now transparent. I don't think they can go on playing. They can go on, you know, singing in the same tune. They must recall the judgment, honor the world court, honor the community of the world, and send back Mr. Jadhav. I have no hesitation in thinking that Mr. Jadhav will be back in India, back with his family. Kulbhushan Jadhav mamle vich Pakistan di fauji adalat ne saal 2017 vich Jadhav nu maut di saza sunayi si. Is to baad Bharat is mamle nu ICJ vich chunauti ditti si. Jis vich hun kaumantri adalat vich baithan wale 16 jajjan vicho 15 jajjan ne apna faisla Bharat de pakh vich puriya. ਇਸ ਫੈਸਲੇ ਤੋਂ ਬਾਅਦ ਜਿੱਥੇ ਕੁਲਭੂਸ਼ਣ ਯਾਦਵ ਦੇ ਪਰਿਵਾਰ ਅਤੇ ਦੋਸਤਾਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ, ਉੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਫੈਸਲੇ ਨੂੰ ਭਾਰਤ ਦੀ ਵੱਡੀ ਜਿੱਤ ਕਰਾਰ ਦਿੱਤਾ। ਜਦਕਿ ਦੂਜੇ ਪਾਸੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ICJ ਦੇ ਫੈਸਲੇ ਦਾ ਸਵਾਗਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ। ਕਾਉਂਸਲਰ ਐਕਸੈਸ ਕੀ ਬਾਤ ਕਹੀ ਹੈ ਕਿ ਕੁਲਭੂਸ਼ਣ ਯਾਦਵ ਕੋ ਮਿਲਣਾ ਚਾਹੀਏ, ਇਸ ਕੇ ਲਈ ਆਵਸ਼ਕ ਨਿਰਦੇਸ਼ ਦੀਏ ਹੈ ਪਾਕਿਸਤਾਨ ਕੋ। ਬਹੁਤ ਬਹੁਤ ਬੜੀ ਜੀਤ ਹੈ, ਇਸ ਮੇਂ ਕਹੀਂ ਦੋ ਰਾਏ ਨਹੀਂ। ਕੁਲਭੂਸ਼ਣ ਯਾਦਵ ਮਾਮਲੇ ਵਿੱਚ ਭਾਰਤ ਦੇ ਵਕੀਲ ਹਰੀਸ਼ ਸਾਲਵੇ ਕਾਫੀ ਖੁਸ਼ ਵਿਖਾਈ ਦਿੱਤੇ ਅਤੇ ਉਹਨਾਂ ਵੱਲੋਂ ਇਸ ਫੈਸਲੇ ਦਾ ਭਰਵਾਂ ਸਵਾਗਤ ਵੀ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਪਾਕਿਸਤਾਨ ਨੇ ਕਿਹਾ ਕਿ ਭਾਰਤ ਇਸ ਮਾਮਲੇ ਵਿੱਚ ਸਹਿਯੋਗ ਨਹੀਂ ਕਰ ਰਿਹਾ, ਪਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਇਸ ਇਲਜ਼ਾਮ ਨੂੰ ਖਾਰਜ ਕਰ ਦਿੱਤਾ। ਹਰੀਸ਼ ਸਾਲਵੇ ਇਸ ਮਾਮਲੇ ਵਿੱਚ ਫੈਸਲਾ ਆਉਣ ਤੋਂ ਬਾਅਦ ਲੰਡਨ ਵਿੱਚ ਮੀਡੀਆ ਦੇ ਰੂਬਰੂ ਹੋਏ ਅਤੇ ਫਿਰ ਮਾਮਲੇ ਦੀ ਸੁਣਵਾਈ ਦੌਰਾਨ ਉਹਨਾਂ ਵੱਲੋਂ ਆਪਣਾ ਤਜਰਬਾ ਵੀ ਸਾਂਝਾ ਕੀਤਾ ਗਿਆ। ਆਈ ਹੈਵ ਅ ਡਿਗਰੀ ਆਫ ਪਰਸਨਲ ਸੈਟਿਸਫੈਕਸ਼ਨ that a lot of adjectives were used by Pakistan in its submissions, even in replying in the court. I characterized them as unfortunate, and I said it is my upbringing and India's tradition which stood in my way of replying to them in that language.
Pakistan had based allegations of what we as lawyers call abuse of process and said that was another ground why India should not be allowed the relief it seeks. That has been rejected. The court has held that Pakistan is guilty of what it, and this is what I have written down when I was hearing the judgment, the court has held that Pakistan is guilty of internationally wrongful acts of a continuing character, and it must cease those acts. All along sought to use the proceedings to make allegations against India of state-sponsored terrorism. It repeatedly played out slides of what it claimed were a passport it had recovered from Jadhav and asserted that India has to explain how this passport was put in place. Not only did the court not get drawn into this, but displaying this passport led to the court rejecting Pakistan's argument that Jadhav's nationality was uncertain. The court said, if you say that there was a passport which you recovered, true or false, the court says if you recovered a passport which you rely on and it was issued by India, you could have had no doubt that he was an Indian.